ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਬਰਡ ਫਲੂ ਨੂੰ ਲੈ ਕੇ ਲੋਕਾਂ ਦੇ ਵਿੱਚ ਦਹਿਸ਼ਤ, ਕੋਰੋਨਾ ਬਿਮਾਰੀ ਦਾ ਭੈ ਅਜੇ ਖਤਮ ਨਹੀਂ ਹੋਇਆ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਤਰਕ ਰਹਿਣ ਦੀ ਐਡਵਾਈਜ਼ਰੀ ਜਾਰੀ। ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਅਜੇ ਲੋਕਾਂ ਨੂੰ ਨਜਾਤ ਮਿਲੀ ਹੀ ਨਹੀਂ ਕਿ ਇੱਕ ਹੋਰ ਨਵੀਂ ਬਿਮਾਰੀ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਪੜੋਸੀ ਰਾਜਾਂ ਹਿਮਾਚਲ ਅਤੇ ਹਰਿਆਣਾ ਚ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ, ਔਰ ਜਿਸ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਔਰ ਜਿੱਥੇ ਲੋਕ ਬਰਡ ਫਲੂ ਦੀ ਦਹਿਸ਼ਤ ਦੇ ਨਾਲ ਚਿਕਨ ਅਤੇ ਆਂਡਿਆਂ ਤੋਂ ਗੁਰੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ, ਇਸ ਦੇ ਬਾਬਤ ਜਦੋਂ ਅਸੀਂ ਲੁਧਿਆਣਾ ਦੇ ਸਿਵਲ ਸਰਜਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਦੱਸਿਆ, ਆਓ ਸੁਣਦੇ ਹਾਂ। ਨਹੀਂ, ਪੈਨਿਕ ਵਾਲੀ ਅਜੇ ਕੋਈ ਗੱਲ ਨਹੀਂ, ਕਿਉਂਕਿ ਆਪਣੇ ਤਾਂ ਅਜੇ ਕੇਸ ਹੀ ਕੋਈ ਨਹੀਂ ਹੈ ਨਹੀਂ। ਬਾਕੀ ਰਹੀ ਗੱਲ ਕਿ ਅਜੇ ਕੋਈ ਇਸ ਤਰ੍ਹਾਂ ਦੀਆਂ ਕੋਈ ਖਾਸ ਡਾਇਰੈਕਸ਼ਨਸ ਵੀ ਨਹੀਂ ਆਈਆਂ, ਅਜੇ ਸਿਰਫ ਸਤਰਕ ਰਹਿਣ ਵਾਸਤੇ ਕਿਹਾ ਗਿਆ ਹੈ। ਜੇ ਕੋਈ ਇਸ ਤਰ੍ਹਾਂ ਦੀਆਂ ਗਾਈਡਲਾਈਨਸ ਆਉਂਦੀਆਂ ਹੈ ਅੱਗੇ ਕਿ ਇਹਦੇ ਵਾਸਤੇ ਕੀ ਕਰਨਾ ਚਾਹੀਦਾ, ਉਹਦੇ ਮੁਤਾਬਕ ਜਿਵੇਂ ਜਿਵੇਂ ਗਾਈਡਲਾਈਨਸ ਆਉਣਗੀਆਂ ਉਹਦੇ ਹੁਕਮ ਜੋ ਵੀ ਆਉਣਗੇ ਸਰਕਾਰ ਦੇ ਉਹ ਫੋਲੋ ਕੀਤੇ ਜਾਣਗੇ। ਅਜੇ ਫਿਲਹਾਲ ਕੋਈ ਗਾਈਡਲਾਈਨ ਨਹੀਂ ਆਈ ਹੈ। ਜੇ ਇਸ ਤਰ੍ਹਾਂ ਦੀ ਕੋਈ ਗਾਈਡਲਾਈਨ ਆਉਂਦੀ ਹੈ ਕਿ ਮੀਟ ਸ਼ੋਪਸ ਚੈੱਕ ਕਰਨੀ ਹੈ ਜਾਂ ਪੋਲਟਰੀ ਫਾਰਮ ਚੈੱਕ ਕਰਨੇ ਹੈ ਜਾਂ ਉੱਥੇ ਕੁਛ ਕਰਵਾਉਣਾ ਹੈ ਜਾਂ ਕਰਨਾ ਹੈ, ਉਹਦੇ ਤਾਂ ਜੋ ਵੀ ਗਾਈਡਲਾਈਨਸ ਆਉਣਗੀਆਂ ਉਹਦੇ ਹਿਸਾਬ ਨਾਲ ਕੰਮ ਕੀਤਾ। ਅਮਰਜੀਤ ਸਿੰਘ। ਅਮਰਜੀਤ ਜੀ, ਬਰਡ ਫਲੂ ਨੂੰ ਲੈ ਕੇ ਬਹੁਤ ਅਫਵਾਹਾਂ ਜਿਹੜੀਆਂ ਹੈਗੀਆਂ ਨੇ ਉੱਡ ਰਹੀਆਂ ਨੇ, ਕੀ ਲੱਗਦਾ ਕਿ ਤੁਹਾਨੂੰ ਪੰਜਾਬ 'ਚ ਬਰਡ ਫਲੂ ਹੈ ਜਾਂ ਕੀ ਸਾਵਧਾਨੀਆਂ ਜਿਹੜੀਆਂ ਹੈਗੀਆਂ ਨੇ ਉਹ ਰੱਖਣੀਆਂ ਚਾਹੀਦੀਆਂ? ਪੰਜਾਬ ਵਿੱਚ ਤਾਂ ਬਿਲਕੁਲ ਬਰਡ ਫਲੂ ਦਾ ਕੋਈ ਕਾਰਨ ਨਹੀਂ ਹੈ ਜੀ। ਬਿਲਕੁਲ ਜਿੱਥੇ ਵੀ ਦੇਖੋ ਸਭ ਦੁਕਾਨਾਂ ਸਾਫ਼ ਸੁਥਰੀਆਂ, ਦੁਕਾਨ ਮਾਲ ਵਿਕ ਰਿਹਾ, ਗਾਹਕ ਵੀ ਸਾਡੇ ਕੋਲ ਆ ਰਹੇ ਨੇ ਪੂਰੀ ਤਰ੍ਹਾਂ, ਜਿਸ ਤਰ੍ਹਾਂ ਪਹਿਲਾਂ ਆਉਂਦੇ ਸੀ ਹੁਣ ਵੀ ਆ ਰਹੇ ਨੇ। ਸਾਡੀ ਦੁਕਾਨ 'ਤੇ ਬਿਲਕੁਲ ਸਾਫ਼ ਸੁਥਰਾ ਮਾਲ ਅਸੀਂ ਦੇ ਰਹੇ ਹਾਂ, ਬਿਲਕੁਲ ਨਾ ਕੋਈ ਖਤਰਾ ਨਾ ਕੋਈ ਡਰ ਆ ਕੋਈ, ਬਿਲਕੁਲ ਵੀ ਹਿਮਾਚਲ ਅਤੇ ਬਾਹਰ ਹਰਿਆਣੇ ਜਾਇਆ, ਪੰਜਾਬ 'ਚ ਇੱਥੇ ਕਿਸੇ ਵੀ ਦੁਕਾਨਦਾਰ ਨੇ ਕੁਛ ਸਾਨੂੰ ਦੱਸਿਆ ਨਹੀਂ ਅੱਜ ਤੱਕ। ਇੱਥੇ ਹਲੇ ਬਰਡ ਫਲੂ ਨਹੀਂ ਹੈ, ਇੱਥੇ ਕੋਈ ਡਰਨ ਵਾਲੀ? ਬਿਲਕੁਲ ਨਾ ਜੀ, ਬਿਲਕੁਲ ਨਾ ਕੋਈ ਬਰਡ ਫਲੂ ਦਾ ਕਾਰਨ ਆ, ਨਾ ਇੱਥੇ ਕੋਈ ਕਹਿ ਰਿਹਾ ਸਾਨੂੰ, ਬਿਲਕੁਲ ਜੋ ਉੱਦੀ ਸਮਾਨ ਸਾਡੇ ਕੋਲ ਪਹਿਲਾਂ ਜਿੱਦਾਂ ਹੁਣ ਵੀ ਉੱਦੀ ਜਾ ਰਿਹਾ ਜੀ। ਕੋਈ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ? ਅਸੀਂ ਇਹੀ ਕਹਿ ਰਹੇ, ਸਾਫ਼ ਸੁਥਰਾ ਸਮਾਨ ਖਰੀਦੋ, ਜਿੱਥੋਂ ਵੀ ਲੈਣਾ ਸਾਫ਼ ਦੇਖ ਕੇ ਲਓ, ਔਰ ਸਾਫ਼ ਸੁਥਰੇ ਸਮਾਨ 'ਚ ਕੋਈ ਵੀ ਐਸੀ ਕੋਈ ਚੀਜ਼ ਨਹੀਂ ਹੈਗੀ। ਬਰਡ ਫਲੂ ਨੂੰ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਇਸ ਵਕਤ ਡਰ ਦਾ ਮਾਹੌਲ ਬਣਿਆ ਹੋਇਆ ਹੈਗਾ, ਉੱਥੇ ਹੀ ਪੰਜਾਬ ਦੇ ਅੰਦਰ ਹਲੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਜਿਹੜਾ ਹੈਗਾ ਉਹ ਸਾਹਮਣੇ ਨਹੀਂ ਆਇਆ ਹੈਗਾ। ਬਰਡ ਫਲੂ ਤੋਂ ਫਿਲਹਾਲ ਡਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਵੱਖ ਵੱਖ ਲੋਕਾਂ ਨਾਲ ਗੱਲ ਵੀ ਕੀਤੀ ਹੈਗੀ ਹੈ, ਇੱਥੇ ਦੁਕਾਨਦਾਰ ਜਿਹੜੇ ਨੇ ਅਮਰਜੀਤ ਜੀ ਉਹਨਾਂ ਨਾਲ ਵੀ ਗੱਲ ਹੋਈ ਹੈ, ਉਹਨਾਂ ਨੇ ਵੀ ਇਹੀ ਸੁਨੇਹਾ ਦਿੱਤਾ ਹੈਗਾ ਕਿ ਤੁਸੀਂ ਸਾਫ਼ ਸੁਥਰੀ ਜਗ੍ਹਾ ਤੋਂ ਅਗਰ ਚਿਕਨ ਲੈਂਦੇ ਹੋ, ਸਾਫ਼ ਸੁਥਰੀ ਥਾਂ ਤੋਂ ਅਗਰ ਚਿਕਨ ਦੀ ਖਰੀਦਦਾਰੀ ਕਰਦੇ ਹੋ ਜਾਂ ਐੱਗ ਦੀ ਖਰੀਦਦਾਰੀ ਕਰਦੇ ਹੈਗੇ ਹੋ ਤਾਂ ਬਰਡ ਫਲੂ ਤੋਂ ਤੁਹਾਨੂੰ ਡਰਨ ਦੀ ਜ਼ਰੂਰਤ ਜਿਹੜੀ ਹੈਗੀ ਆ ਉਹ ਨਹੀਂ ਹੈ। ਸਿਵਲ ਸਰਜਨ ਨਾਲ ਅਸੀਂ ਗੱਲਬਾਤ ਕੀਤੀ, ਉਹਨਾਂ ਨੇ ਵੀ ਇਹੀ ਕਿਹਾ ਕਿ ਪੰਜਾਬ ਦੇ ਅੰਦਰ ਜਿਹੜਾ ਹੈਗਾ ਹਲੇ ਅਫਵਾਹਾਂ ਹੀ ਨੇ, ਬਰਡ ਫਲੂ ਜਿਹਾ ਕੋਈ ਵੀ ਮਾਮਲਾ ਹਲੇ ਤੱਕ ਸਾਹਮਣੇ ਨਹੀਂ ਆਇਆ। ਲੁਧਿਆਣਾ ਤੋਂ ਕੈਮਰਾਮੈਨ ਗੋਲਡੀ ਦੇ ਨਾਲ ਕਮਲ ਕਪੂਰ, ਪਾਵਰ ਆਫ ਵਰਡਸ, ਏਵਨ ਪੰਜਾਬੀ ਟੀਵੀ। ਮੌਜੂਦਾ ਹਾਲਾਤਾਂ 'ਤੇ ਨਜ਼ਰ ਮਾਰੀਏ ਤਾਂ ਇਨਸਾਨ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਇਨਸਾਨ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਵੀ ਕਰਦਾ ਹੈ, ਔਰ ਜਿਵੇਂ ਤੁਹਾਡੇ ਦੁੱਖਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਤੋਂ ਪਹਿਲਾਂ ਫੀਰ ਲੀਫ ਆਇਲ ਤਿਆਰ ਕੀਤਾ ਗਿਆ, ਜਿਸ ਦੁਆਰਾ 125 ਬਿਮਾਰੀਆਂ ਦਾ ਇਲਾਜ ਕੀਤਾ ਗਿਆ, ਅਤੇ ਹੁਣ ਇੱਕ ਹੋਰ ਪ੍ਰੋਡਕਟ ਤੁਹਾਨੂੰ ਦੁੱਖਾਂ ਤੋਂ ਨਜ਼ਾਤ ਦਿਵਾਉਣ ਲਈ ਹਾਜ਼ਰ ਹੈ, ਫੀਰ ਲੀਫ ਪਾਵਰ, ਜਿਸ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ, ਜਿਵੇਂ ਮਰਦਾਨਾ ਕਮਜ਼ੋਰੀ, ਅੰਤਰੀਆਂ ਦੀ ਸੋਜਿਸ਼, ਪਿਸ਼ਾਬ ਵਿੱਚ ਜਲਣ, ਦਿਲ ਦੀ ਕਮਜ਼ੋਰੀ, ਖੂਨ ਦੀ ਕਮੀ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ। ਅਲੱਗ ਅਲੱਗ ਲੈਬੋਰਟਰੀਆਂ ਤੋਂ ਆਯੁਰਵੈਦਿਕ ਮਾਹਰਾਂ ਦੁਆਰਾ ਟੈਸਟ ਹੋ ਕੇ ਆਪ ਸਭ ਦੇ ਰੂਬਰੂ ਹੈ, ਔਰ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਜੜੀਆਂ ਬੂਟੀਆਂ ਅਤੇ ਕਈ ਤਰ੍ਹਾਂ ਦੇ ਪਸਮ ਮਿਲਾ ਕੇ ਤਿਆਰ ਕੀਤਾ ਗਿਆ ਹੈ। ਉਹ ਨੌਜਵਾਨਾਂ ਲਈ ਬੜਾ ਵਰਦਾਨ ਸਿੱਧ ਹੋ ਰਿਹਾ ਹੈ ਜੋ ਨੌਜਵਾਨ ਮਰਦਾਨਾ ਕਮਜ਼ੋਰੀ ਨਾਲ ਜੂਝ ਰਹੇ ਨੇ। ਉਹ ਹੁਣ ਫੀਰ ਲੀਫ ਪਾਵਰ ਦਾ ਇਸਤੇਮਾਲ ਕਰਨ ਤੋਂ ਬਾਅਦ ਦੁਬਾਰਾ ਖੋਈ ਹੋਈ ਮਰਦਾਨਾ ਤਾਕਤ ਨੂੰ ਹਾਸਲ ਕਰ ਸਕਦੇ ਨੇ। ਇਹ ਮੈਡੀਸਨ 100% ਆਯੁਰਵੈਦਿਕ ਹੈ, ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 94784484087।